ਬਹੁਤ ਔਖਾ ਰਿਹਾ ਜੀ। ਉਸ ਤੋਂ ਬਾਅਦ ਜੀ 15 ਦਿਨ ਮੈਂ ਜੀ ਉੱਥੇ 15 ਦਿਨਾਂ ਬਾਅਦ ਜੀ ਮੈਂ ਪਨਾਮਾ ਕੈਂਪ ਦੇ ਵਿੱਚ ਪਹੁੰਚਿਆ ਜੀ। ਫਿਰ ਕੀ ਹੋਇਆ? ਫਿਰ ਉਸ ਤੋਂ ਬਾਅਦ ਪਨਾਮਾ ਵਾਲਿਆਂ ਨੇ ਪਨਾਮਾ ਆਰਮੀ ਨੇ ਅਰੈਸਟ ਕਰ ਲਿਆ ਸੀਗਾ ਜੀ। ਉਸ ਤੋਂ ਬਾਅਦ ਜੀ ਉਹਨਾਂ ਨੇ ਕੈਂਪ ਦੇ ਵਿੱਚ ਪਹੁੰਚਾ ਦਿੱਤਾ ਜੀ। ਕਿਹੜਾ ਕੈਂਪ ਸੀ ਉਹ? ਪਨਾਮਾ ਦਾ ਕੈਂਪ ਸੀਗਾ ਜੀ। ਫਿਰ ਉੱਥੋਂ ਵਾਪਸ ਕਿੱਦਾਂ ਆਏ ਤੁਸੀਂ ਪਨਾਮਾ ਤੋਂ ਆਏ? ਪਨਾਮਾ ਤੋਂ ਜੀ ਵਾਪਸ ਨਹੀਂ ਜੀ, ਪਨਾਮਾ ਤੋਂ ਅੱਗੇ ਚੱਲ ਗਿਆ ਸੀਗਾ ਜੀ, ਕੋਸਟਰੀਕਾ ਚੱਲ ਗਿਆ ਸੀ। ਕੋਸਟਰੀਕਾ ਤੱਕ ਚੱਲ ਗਿਆ ਸੀਗਾ ਜੀ। ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਜੀ। ਟੋਟਲ ਕਿੰਨੇ ਪੈਸੇ ਖਰਚੇ ਤੁਸੀਂ ਇਹਦੇ ਲਈ? ਟੋਟਲ ਕਿੰਨੇ ਪੈਸੇ ਖਰਚੇ ਸੀ ਇਹਦੇ ਲਈ ਏਜੰਟ ਨੂੰ? ਟੋਟਲ 25 ਲੱਖ ਰੁਪਏ। ਹੁਣ ਤੁਸੀਂ ਕੀ ਚਾਹੁੰਦੇ ਹੋ? ਜਿਹੜੇ ਤੁਹਾਡੇ ਪੈਸੇ ਖਰਚੇ ਆ ਜੋ ਸਰਕਾਰ ਕਰੂਗੀ ਜੀ ਉਹ ਚਾਹੁੰਦਾ। ਜੋ ਇੱਦਾਂ ਦੇ ਏਜੰਟ ਨੇ ਉਹਨਾਂ ਦਾ ਕੀ ਹੋਣਾ ਚਾਹੀਦਾ? ਮਤਲਬ ਜਿਹੜੇ ਲੋਕ ਅਮਰੀਕਾ ਜਾਣਾ ਹੈ, ਯਹਾਂ ਤੱਕ ਕੈਸੇ ਆਏ? ਸਮਝ ਰਹਾ ਪਨਾਮਾ ਸੇ ਆਏ, ਪਨਾਮਾ।